ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜਿਹੜਾ ਬਿਲਕੁਲ ਨਾ ਭੁੱਲਿਓ ਹੁਣ ਜਿਹੜੀ ਇਸ ਟਾਈਮ ਇੱਕ ਚਿੰਤਾ ਵਾਲੀ ਗੱਲ ਬਣ ਚੁੱਕੀ ਹੈ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਨ ਜੇ ਆਪਾਂ ਅਮਰੀਕਾ ਨੂੰ ਛੱਡ ਕੇ ਗੱਲ ਕਰੀਏ ਇਟਲੀ ਵਾਲਿਆਂ ਦੀ ਫਰਾਂਸ ਵਾਲਿਆਂ ਦੀ ਜਿੱਥੇ ਵੀ ਜੁਰੂ ਚੱਲਦੀ ਹੈ ਤਾਂ ਪਤਾ ਨਹੀਂ ਨਾ ਦਿਨਾਂ ਦੇ ਵਿੱਚ ਕੀ ਹੋ ਰਿਹਾ ਕਿ ਜਿਹੜਾ ਇੰਡੀਆ ਦਾ ਰੁਪਈਆ ਹੈ ਉਹ ਜਿਹੜਾ ਬਹੁਤ ਮਜ਼ ਇੱਕ ਯੂਰੋ ਦਾ ਜਿਹੜਾ ਰੇਟ ਹੈ ਜੀ ਲਗਾਤਾਰ ਘਟਦਾ ਜਾ ਰਿਹਾ ਹੈ ਇੱਕ ਯੂਰੋ ਦਾ ਰੇਟ ਕੱਲ੍ਹ ਨਾਲੋਂ ਘਟ ਕੇ ਅੱਜ ਹੋਰ ਘਟ ਚੁੱਕਾ ਹੈ 88 ਰੁਪਏ 98 ਪੈਸੇ ਉੱਤੇ ਆ ਚੁੱਕਾ ਹੈ ਜਦੋਂ ਕਿ ਕੁਝ ਸਮਾਂ ਪਹਿਲਾਂ ਜਿਹੜਾ 93 ਦੇ ਉੱਤੇ ਪਹੁੰਚਾ ਸੀ ਇਸੇ ਤਰ੍ਹਾਂ ਇੰਗਲੈਂਡ ਦਾ ਇੱਕ ਪੌਂਡ ਜਿਹੜਾ 110 ਤੋਂ ਉੱਪਰ ਜਾ ਚੁੱਕਾ ਸੀ ਹੁਣ ਜਿਹੜਾ ਹੈ ਜੀ 106 ਰੁਪਏ 95 ਪੈਸੇ ਉੱਤੇ ਆ ਚੁੱਕਾ ਹੈ ਨਵੀ ਦੇ ਡਰਾਮ 22 ਰੁਪਏ 99 ਪੈਸੇ ਨਿਊਜ਼ੀਲੈਂਡ ਦਾ ਡਾਲਰ ਵੀ 49 ਰੁਪਏ 47 ਪੈਸੇ ਤੇ ਯੂਰੋਪੀਅਨ ਯੂਨੀਅਨ ਤੁਹਾਨੂੰ ਪਹਿਲਾਂ ਦੱਸ ਚੁੱਕੇ ਹੈ ਕਿ ਆਸਟ੍ਰੇਲੀਆ ਡਾਲਰ ਚ ਰੁਪਏ 52 ਪੈਸੇ ਕੈਨੇਡਾ ਦਾ ਡਾਲਰ ਜਿਹੜਾ ਹੈ ਜੀ ਬਹੁਤ ਜ਼ਿਆਦਾ ਘਟ ਚੁੱਕਾ ਹੈ ਇੱਕ ਟਾਈਮ ਇਹ ਜਿਹੜਾ 65 ਦੇ ਨੇੜੇ ਪਹੁੰਚ ਚੁੱਕਾ ਸੀ ਤੇ ਅੱਜ ਇਹ ਘਟ ਕੇ 98 ਰੁਪਏ 92 ਪੈਸੇ ਉੱਤੇ ਆ ਚੁੱਕਾ ਹੈ ਬਾਕੀ ਜਿਹੜਾ ਅਮਰੀਕਾ ਦਾ ਡਾਲਰ ਹੈ ਜੀ ਇਹਦਾ ਜਿਹੜਾ ਰੇਟ ਇਸ ਕਰਕੇ ਵਧ ਰਿਹਾ ਹੈ 84.44 ਪੈਸੇ ਕਿਉਂਕਿ ਅਮਰੀਕਾ ਦੀ ਜਿਹੜੀ ਕਰੰਸੀ ਹੈ ਜੀ ਆਪਣੇ ਤੌਰ ਤੇ ਇਹ ਮਜ਼ਬੂਤ ਹੋ ਰਹੀ ਹੈ ਤੇ ਦੂਜੇ ਪਾਸੇ ਰੁਪਈਆ ਵੀ ਮਜ਼ਬੂਤ ਹੋ ਰਿਹਾ ਹੈ ਹੁਣ ਸਪੋਜ਼ ਕਰੋ ਕਿ ਜੇ ਕਿਤੇ ਵੀ ਜਿਹੜਾ ਯੂਰੋ ਦਾ ਰੇਟ ਹੈ ਜੀ ਹੋਰ ਜ਼ਿਆਦਾ ਜ਼ਿਆਦਾ ਘਟਦਾ ਘਟਦਾ ਦੀਦੇ ਨਾਲ ਜਿਹੜੀ ਲੋਕ ਇੰਡੀਆ ਦੇ ਵਿੱਚ ਪੈਸਾ ਭੇਜਦੇ ਨੇ ਉਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਮਤਲਬ ਉਹਨਾਂ ਨੂੰ ਲੱਗੇਗਾ ਕਿ ਉਹਨਾਂ ਨੂੰ ਲਾਸ ਹੋ ਰਿਹਾ ਹੈ। ਬਾਕੀ ਗੱਲ ਕਰ ਲਈ ਬਿਟਕੋਇਨ ਦੀ ਜਿਹੜਾ ਅੱਜ ਕੁਝ ਸਮਾਂ ਪਹਿਲਾਂ ਬਿਟਕੋਇਨ ਜਿਹੜਾ ਸੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਿਹੜਾ 56000 ਡਾਲਰ ਦੇ ਉੱਤੇ ਜਿਹੜਾ ਇਸ ਦਾ ਰੇਟ ਚੱਲ ਰਿਹਾ ਸੀ ਇੱਕ ਬਿਟਕੋਇਨ ਦਾ। ਅੱਜ ਜਿਹੜਾ ਤਕਰੀਬਨ 6-7 ਮਹੀਨਿਆਂ ਦੇ ਵਿੱਚ ਜਿਹੜਾ ਰੇਟ ਹੈ ਜੀ 90000 ਡਾਲਰ ਤੋਂ ਉੱਪਰ ਚੱਲ ਰਿਹਾ। ਮਤਲਬ ਕਿ ਰੇਟ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ ਦੁੱਗਣਾ ਦੁੱਗਣਾ ਹੋ ਚੁੱਕਾ ਹੈ। ਹੁਣ ਚੱ ਜਿਹੜੀ ਕਿ 2 ਕਰੋੜ ਤੇ 20 ਲੱਖ ਰੁਪਏ ਦੇ ਵਿੱਚ ਵਿਕਦੀ ਹੈ ਜਿਹੜਾ ਕਰੰਸੀ ਹੈ ਜੀ ਤੁਹਾਨੂੰ ਇੰਡੀਅਨ ਕਰੰਸੀ ਦੇ ਵਿੱਚ ਜਿਹੜੀ ਦੱਸ ਰਹੇ ਹਾਂ ਹੁਣ 32 ਸਾਲ ਪੁਰਾਣੀ ਜਿਹੜੀ ਕਾਰ ਹੈ ਕੋਈ ਜ਼ਿਆਦਾ ਪੁਰਾਣੀ ਵੀ ਨਹੀਂ ਹੈ ਤੇ ਇੰਨਾ ਰੇਟ ਇਹਦਾ ਇਸ ਦਾ ਕਿਉਂ ਮਿਲਿਆ ਜੇ ਅੱਜ ਵੀ ਕਿਸੇ ਵੀਰ ਦੇ ਕੋਲ ਮੰਨ ਲਓ ਸੁਪੋਜ਼ ਕਰੋ ਕਿ 30 32 ਸਾਲ ਦੀ ਪੁਰਾਣੀ ਜਿਹੜੀ ਕਾਰ ਹੈ ਕਿ ਉਹਦਾ ਜਿਹੜਾ ਰੇਟ ਉਸ ਨੂੰ ਇੰਨਾ ਮਿਲ ਸਕਦਾ ਹੈ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ 1990 ਦੇ ਦਹਾਕੇ ਦੀ ਜਿਹੜੀ ਇਹ ਕਾਰ ਹੈ 90 92 ਦੀ ਜਿਹੜੀ ਇਸ ਦਾ ਮਾਡਲ ਹੈ ਤੇ ਜਿਹੜੀ ਫੋਰਡ ਵਾਲਿਆਂ ਦੀ ਕਾਰ ਹੈ ਇਹ ਜਿਹੜਾ ਇਸ ਦਾ ਮਾਡਲ ਸੀ ਫੋਰਡ ਐਸਕਾਟ ਆਰ ਐਸ ਹੁਣੇ ਦੱਸਿਆ ਗਿਆ ਹੈ ਕਿ ਜਿਹੜੀ ਕਾਰ ਹੈ ਜੀ ਇਹਦੀ ਕੁਝ ਖਾਸੀਅਤ ਸੀ ਕਿਉਂਕਿ ਇੱਕ ਸਪੈਸ਼ਲ ਤੇ ਲਿਮਟਿਡ ਐਡੀਸ਼ਨ ਮਾਡਲ ਸੀ ਦੱਸਿਆ ਗਿਆ ਹੈ ਕਿ 32 ਸਾਲਾਂ ਦੇ ਵਿੱਚ ਸਿਰਫ ਇਹ 2221 ਮਿਲ ਹੀ ਕਾਰ ਜਿਹੜੀ ਹੈ ਜੀ ਚੱਲੀ ਹੈ ਤੇ ਪਿਛਲੇ ਲਗਭਗ 30 ਸਾਲਾਂ ਤੋਂ ਇਸ ਕਾਰ ਨੂੰ ਲਿਵਿੰਗ ਰੂਮ ਦੇ ਵਿੱਚ ਰੱਖਿਆ ਗਿਆ ਸੀ ਤੇ ਕਦੇ ਵੀ ਇਹ ਸੜਕ ਦੇ ਉੱਤੇ ਨਹੀਂ ਉਤਰੀ ਹੁਣ ਜਿਹੜਾ ਇਸ ਦਾ ਮੁੱਲ ਹੈ ਜੀ 2 ਕਰੋੜ ਤੇ 20 ਲੱਖ ਰੁਪਏ ਦੇ ਵਿੱਚ ਗੱਡੀ ਜਿਹੜੀ ਹੈ ਨਿਲਾਮ ਹੁੰਦੀ ਹੈ। ਹੁਣ ਚਲਦੇ ਹਾਂ ਜੀ ਨੈਕਸਟ ਅਪਡੇਟ ਤੇ ਨੈਕਸਟ ਅਪਡੇਟ ਜਿਹੜਾ ਆਪਣਾ ਇਟਲੀ ਦੇ ਨਾਲ ਸਬੰਧਤ ਹੈ। ਹੁਣ ਜਿੰਨਾਂ ਲੋਕਾਂ ਨੇ ਜਿਹੜੀ ਚੀਤਾ ਦਾੰਸਾ ਅਪਲਾਈ ਕੀਤੀ ਹੋਈ ਹੈ ਤੇ ਬਹੁਤੇ ਵੀਰਾਂ ਨੂੰ ਜਿਹੜੀ ਚੀਤਾ ਦਾੰਸਾ ਮਿਲ ਵੀ ਗਈ ਹੈ। ਹੁਣ ਜਦੋਂ ਕਿਸੇ ਵੀ ਵੀਰ ਨੂੰ ਜਿਹੜਾ ਹੈ ਜੀ ਚੀਤਾ ਦਾੰਸਾ ਜਦੋਂ ਮਿਲਣ ਦਾ ਸਮਾਂ ਹੁੰਦਾ ਹੈ ਸਭ ਤੋਂ ਪਹਿਲਾਂ ਜਿਹੜਾ ਹੈ ਜੀ ਉਸ ਨੂੰ ਕਮੂਨੇ ਦੇ ਵੱਲੋਂ ਜਿਹੜਾ ਇੱਕ ਮੈਸੇਜ ਆਉਂਦਾ ਹੈ ਜੇ ਵੀਚ ਨੂੰ ਕੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਦਕਰੇਪਤੋ ਹੈ ਜੀ ਆ ਚੁੱਕਾ ਹੈ ਫਿਰ ਬੰਦੇ ਨੂੰ ਜਿਹੜਾ ਹੈ ਜੀ ਇੱਕ ਤਰੀਕ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਸੋਚukai ਜਾਂਦੀ ਹੈ ਕਮੂਨੇ ਦੇ ਵਿੱਚ ਹੀ ਤੇ ਜਿਸ ਦਿਨ ਤੁਹਾਨੂੰ ਜਿਹੜੀ ਸੋਚukai ਦਿੱਤੀ ਜਾਂਦੀ ਹੈ ਉਸ ਦਿਨ ਤੁਸੀਂ ਜਿਹੜੇ ਇੱਥੋਂ ਦੇ ਨਾਗਰਿਕ ਬਣ ਜਾਂਦੇ ਹੋ ਹੁਣ ਉਸ ਤੋਂ ਬਾਅਦ ਜਿਹੜੀਆਂ ਬੰਦੇ ਨੇ ਇੱਕ ਚੀਜ਼ ਹੋਰ ਹਾਸਲ ਕਰਨੀ ਹੁੰਦੀ ਹੈ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਇੱਕ ਤਾਂ ਜਿਹੜੀ ਉਸਨੇ ਕਾਰਤਾਧਿਨਤੀ ਬਦਲ ਨਹੀਂ ਹੁੰਦੀ ਹੈ ਉਹ ਜਿਹੜੀ ਨਵੀਂ ਕਾਰਤਾਧਿਨਤੀ ਬਣਾਉਣੀ ਹੈ ਸਭ ਤੋਂ ਪਹਿਲਾਂ ਜਿਹੜਾ ਕੰਮ ਇਹ ਕਰਨਾ ਪੈਂਦਾ ਹੈ ਜਿਹਦੇ ਵਿੱਚ ਕਾਰਤਾਧਿਨਤੀ ਦੇ ਉੱਪਰ ਜਿਹੜਾ ਇਟਾਲੀਨ ਲਿਖਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਅਗਲੇ ਸਟੈਪ ਹੁੰਦੇ ਹਨ ਜਿਹਦੇ ਵਿੱਚ ਜੇ ਤੁਸੀਂ ਇਟਲੀ ਦਾ ਜਿਹੜਾ ਪਾਸਪੋਰਟ ਹੈ ਉਹ ਬਣਾਉਣਾ ਚਾਹੁੰਦੇ ਹੋ ਤੇ ਬਣਾ ਸਕਦੇ ਹੋ ਇੱਥੇ ਇਹ ਵੀ ਦੱਸ ਜੀਏ ਕਿ ਬਹੁਤ ਸਾਰੇ ਟੈਲੀਨ ਲੋਕ ਇਹਨਾਂ ਦੇ ਕੋਲ ਅਜੇ ਤੱਕ ਇਟਾਲੀਨ ਪਾਸਪੋਰਟ ਵੀ ਇਹਨਾਂ ਨੇ ਨਹੀਂ ਬਣਾਏ ਇਹ ਆਪਣੀ ਮਰਜ਼ੀ ਹੁੰਦੀ ਹੈ ਜਿਹੜੀ ਸਿਟੀਜ਼ਨਸ਼ਿਪ ਹੈ ਜਿਹੜੀ ਲੱਗ ਚਹੀ ਹੈ ਤੇ ਲਾਲ ਪਾਸਪੋਰਟ ਜਿਸ ਨੂੰ ਲੋਕ ਅਕਸਰ ਕਹਿੰਦੇ ਹਨ ਲਾਲ ਪਾਸਪੋਰਟ ਜਿਹੜਾ ਕਿ ਇਟਲੀ ਦਾ ਪਾਸਪੋਰਟ ਹੁੰਦਾ ਉਹ ਇੱਕ ਅਲੱਗ ਚੀਜ਼ ਹੈ ਇਹ ਜਿਹੜਾ ਪਾਸਪੋਰਟ ਹੈ ਜੂ ਬਲੀਗਾ ਤਰੀਉ ਨਹੀਂ ਹੈ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਅਪਲਾਈ ਕਰ ਸਕਦੇ ਹੋ ਨਹੀਂ ਬਣਾਉਣਾਂ ਦੇ ਕੋਈ ਦਿੱਕਤ ਨਹੀਂ ਹੈ। ਬਾਕੀ ਇਸ ਤੋਂ ਬਾਅਦ ਇੱਕ ਹੋਰ ਚੀਜ਼ ਜਿਹੜੀ ਆਪਣੇ ਇੰਡੀਅਨ ਲੋਕਾਂ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਉਹ ਹੁੰਦਾ ਹੈ ਜੀਦਾ ਨਾਸਾ ਲੈਣ ਤੋਂ ਬਾਅਦ ওসিਆਈ ਕਾਰਡ। ਹੁਣ ਜੇ ਤੁਸੀਂ ওসিਆਈ ਕਾਰਡ ਨਹੀਂ ਲੈਣਾ ਚਾਹੁੰਦੇ ਤਦ ਵੀ ਇਹਦੇ ਵਿੱਚ ਦਿੱਕਤ ਨਹੀਂ ਹੋਬਲੀਗਾ ਤੋਰੀਉ ਨਹੀਂ ਹੈ। ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਫਿਰ ਤੁਹਾਨੂੰ ਜਿਹੜਾ ਹੈ ਜੀ ਵੀਜ਼ਾ ਲੈਣਾ ਪੈਂਦਾ ਹੈ ਅੰਬੈਸੀ ਤੋਂ। ਮਤਲਬ ਵੀਜ਼ੇ ਦੀ ਜਿਹੜੀ ਪ੍ਰੋਸੈਸ ਹੈ ਕੋਈ ਜ਼ਿਆਦਾ ਔਖੀ ਨਹੀਂ ਹੈ। ਤੁਸੀਂ ਜਿਹੜਾ ਆਨਲਾਈਨ ਵੀ ਜਿਹੜਾ ਵੀਜ਼ਾ ਹੈ ਜੀ ਇਹ ਲੈ ਸਕਦੇ ਹੋ ਮਤਲਬ ਕਿ ਬਹੁਤ ਸੌਖੇ ਤਰੀਕੇ ਨਾਲ ਬਿਨਾ ਅੰਬੈਸੀ ਜਾਣ ਤੋਂ ਬਾਕੀ ਜਿਹੜਾ OCIC ਕਾਰਡ ਹੈ ਜੀ ਜਿਸ ਤੋਂ ਤੁਸੀਂ ਚੀਤਾ ਹੀ ਨਾਸਲ ਲੈ ਲਈ ਹੈ ਉਸ ਤੋਂ ਬਾਅਦ ਜਿਹੜਾ ਕਾਰਤਾਜਨਤੀ ਤੁਹਾਡੀ ਜਿਹੜੀ ਬਣ ਚੁੱਕੀ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਜੀ ਆਪਣਾ ਜਿਹੜਾ ਪਾਸਪੋਰਟ ਪੁਰਾਣਾ ਤੁਹਾਡੇ ਕੋਲ ਪਿਆ ਹੈ ਇੰਡੀਆ ਉਸ ਨੂੰ ਸਿਲੈਂਡਰ ਕਰਨਾ ਹੁੰਦਾ ਹੈ ਸਰਕਾਰ ਦੇ ਕੋਲ ਅੰਬੈਸੀ ਦੇ ਕੋਲ ਉਹਦੇ ਵਿੱਚ ਵੀ ਜਿਹੜਾ ਸਮਾਂ ਹੈ ਕਾਫੀ ਮਹੀਨੇ ਲੱਗ ਜਾਂਦੇ ਹਨ ਤਕਰੀਬਨ 3-4 ਮਹੀਨੇ ਜਿਹੜੇ ਉਹਦੇ ਵਿੱਚ ਵੀ ਸਮਾਂ ਜਿਹੜਾ ਲੱਗ ਜਾਂਦਾ ਹੈ ਆਰਾਮ ਦੇ ਨਾਲ ਤੇ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ OCIC ਕਾਰਡ ਦਾ ਉਸੇ ਕਾਰਡ ਦੇ ਵਿੱਚ ਵੀ ਜਿਹੜਾ ਸਮਾਂ ਹੈ ਜੀ ਕਾਫੀ ਲੱਗਦਾ ਹੈ 4-5 ਮਹੀਨੇ ਤੁਸੀਂ ਮੰਨ ਕੇ ਚੱਲ ਸਕਦੇ ਹੋ ਕਿ ਇੰਨਾਕ ਸਮਾਂ ਜਿਹੜਾ ਨਾਰਮਲ ਲੱਗ ਜਾਂਦਾ ਹੈ ਹੁਣ ਚਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਦੇਤੇ ਅਗਲਾ ਜਿਹੜਾ ਆਪਾਂ ਅਪਡੇਟ ਹੈ ਜੀ ਵਾਇਰਲੈਸ 이어ਬੱਡ ਜਿਹੜੇ ਹੁੰਦੇ ਨੇ ਜਿਹੜੇ ਆਪਾਂ ਕੰਨਾਂ ਨੂੰ ਲਾ ਕੇ ਸੁਣਦੇ ਹਾਂ ਜਿੱਦਾਂ ਕਿ ਅੱਜਕੱਲ੍ਹ ਕਾਲ ਵਗੈਰਾ ਲੋਕ ਕਰਦੇ ਹਨ ਤੇ ਲੋਕਾਂ ਨੂੰ ਆਰਾਮ ਹੁੰਦਾ ਹੈ ਨਾਲੇ ਜਿਹੜੇ ਵਾਇਰਲੈਸ 이어ਬੱਡਸ ਹੁੰਦੇ ਹਨ ਜਾਂ ਜਿਹੜੇ ਹੈੱਡਫੋਨ ਹੁੰਦੇ ਹਨ ਪਰੰਤੂ ਜਿਹੜੇ ਇਹਨਾਂ ਦੇ ਸਾਈਡ ਇਫੈਕਟ ਵੀ ਹੁਣ ਜਿਹੜੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕ ਪਹਿਲਾਂ ਤੁਹਾਨੂੰ ਵੀ ਦੱਸ ਦਈਏ ਕਿ ਜਿਹੜੇ ਈਅਰਬਡ ਹੁੰਦੇ ਹਨ ਇਹਨਾਂ ਨੂੰ ਜਿਹੜਾ ਬਲੂਟੂਥ ਨਾਲ ਹੀ ਚੱਲਦੇ ਹਨ ਜਿਹੜੇ ਵਾਇਰਲੈਸ ਹੁੰਦੇ ਹਨ ਪਹਿਲਾਂ ਤੇ ਜਿਹੜਾ ਇਹਨਾਂ ਨੂੰ ਚਾਰਜ ਕਰਨਾ ਪੈਂਦਾ ਹੈ ਹੁਣ ਜਿਹੜੇ ਕੁਝ ਖਾਵਰਾ ਇਹੋ ਜਿਹੇ ਵੇਚੀਆਂ ਜਿਹਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਦੇ ਈਅਰਬਡਸ ਦੇ ਵਿੱਚ ਜਿਹੜੇ ਕੁਝ ਤਮਾਕੇ ਵਗੈਰਾ ਵੀ ਹੋਏ ਹਨ ਬਾਕੀ ਹੋਣੇ ਦੇ ਉੱਤੇ ਰਿਸਰਚ ਵੀ ਇਸ ਟਾਈਮ ਕਾਫੀ ਚੱਲ ਰਹੀਆਂ ਸਨ ਤੇ ਕੋਈ ਜਿਹੜੀਆਂ ਰਿਸਰਚ ਹਨ ਜਿਨ੍ਹਾਂ ਦੇ ਜਿਹੜੇ ਰਿਜ਼ਲਟ ਵੀ ਆਏ ਹਨ ਦੱਸਿਆ ਗਿਆ ਹੈ ਕਿ ਜਿਹੜੇ ਈਅਰਬਡਸ ਹੁੰਦੇ ਹਨ ਜਿਹੜੇ ਬਲੂਟੂਥ ਦੇ ਥਰੂ ਚੱਲਦੇ ਹਨ ਇਹ ਰੇਡੀਓ ਤਰੰਗਾਂ ਇਹ ਨਿਊਰੋਲੋਜੀਕਲ ਵਿਕਾਰ ਜਿਹੜਾ ਹੈ ਜੀ ਇਹ ਹੁਣ ਦਾ ਜਿਹੜਾ ਖਤਰਾ ਬੰਦੇ ਦੇ ਵਿੱਚ ਵੱਧਦਾ ਹੈ ਜਿਹੜੀ ਰਿਪੋਰਟ ਹੈ ਜੀ ਜਿਹੜੀ ਨਵੀਂ ਰਿਪੋਰਟ ਹੈ ਅਮਰੀਕਾ ਦੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਉਹਦੇ ਵਿੱਚ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਹੈ ਬਾਕੀ ਗੱਲ ਕਰ ਲਈਏ ਨੈਕਸਟ ਅਪਡੇਟ ਦੀ ਇਹ ਵੀ ਨੈਕਸਟ ਅਪਡੇਟ ਜਿਹੜਾ ਇਟਲੀ ਦੇ ਨਾਲ ਸੰਬੰਧਿਤ ਹੈ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਈਆਂ ਵੀਰਾਂ ਦੇ ਕੋਲੋਂ ਪੈਣਾ ਦੇ ਕੋਲੋਂ ਕਿ ਜਿਹੜੀਆਂ ਉਹਨਾਂ ਦੀਆਂ ਅਪਾਇੰਟਮੈਂਟ ਹਨ ਪਰ ਫਾਤੂਰੀ ਦੀਆਂ ਜਿਹੜੀਆਂ ਬਹੁਤ ਕਿ ਜਿੱਦਾਂ ਕਿ 8 ਦਿਨਾਂ ਦੇ ਵਿੱਚ ਜਿਹੜੀ ਉੱਥੇ ਐਂਟਰੀ ਕਰਾਉਣੀ ਹੁੰਦੀ ਹੈ ਪਹਿਲਾਂ ਤਾਂ ਜਿਹੜੀ ਅਪਾਇੰਟਮੈਂਟ ਸੀ ਬਿਨਾ ਅਪਾਇੰਟਮੈਂਟ ਤੇ ਲੋਕ ਸਿੱਦੇ ਹੀ ਚਲੇ ਜਾਂਦੇ ਸਨ ਉਥੇ ਜਿਹੜਾ ਕਿਸੇ ਨੂੰ ਪ੍ਰਫਾਤੂਰਾ ਨੇੜੇ ਲੱਗਦਾ ਸੀ ਜਾਂ ਜਿੱਥੇ ਉਸ ਦਾ ਜਿਹੜਾ ਕੰਮ ਹੋਣਾ ਸੀ ਪਰੰਤੂ ਹੌਲੀ-ਹੌਲੀ ਕੀ ਹੋਇਆ ਕਿ ਲੋਕਾਂ ਨੂੰ ਸਾਲ-ਸਾਲ ਤੋਂ ਵੱਧ ਜਿਹੜਾ ਸਮਾਂ ਹੈ ਜੀ ਕਈਆਂ ਨੂੰ ਹੋ ਚੁੱਕਾ ਹੈ ਇਟਲੀ ਵਿੱਚ ਆਏ ਨੂੰ ਕਈ ਵੀਰ ਜਿਹੜੇ 2023 ਦੇ ਇੱਥੇ ਆਏ ਹੋਏ ਹਨ ਸਤੰਬਰ ਅਕਤੂਬਰ ਪਿਛਲੇ ਸਾਲ ਦੇ ਤੇ ਤਕਰੀਬਨ ਹੁਣ ਜਿਹੜਾ 2024 ਦਾ ਨਵੰਬਰ ਮਹੀਨਾ ਚੱਲ ਰਿਹਾ ਸਾਲ ਤੋਂ ਜ਼ਿਆਦਾ ਸਮਾਂ ਕਈਆਂ ਵੀਰਾਂ ਨੂੰ ਹੋ ਚੁੱਕਾ ਹੈ ਗੁਪਤਿਰਾ ਮਹੀਨੇ 14 ਮਹੀਨੇ ਅਜੇ ਤੱਕ ਜਿਹੜੀਆਂ ਅਪਾਇੰ ਇਹ ਵੀ ਜਿਹੜੀ ਕੁਝ ਨਾ ਕੁਝ ਕਈ ਵਾਰ ਪ੍ਰੋਬਲਮ ਪੈ ਜਾਂਦੀ ਹੈ ਸਾਰਿਆਂ ਦੇ ਨਾਲ ਜਿਹੜਾ ਜਿਹਾ ਨਹੀਂ ਹੁੰਦਾ ਤੇ ਦੂਜੇ ਪਾਸੇ ਤੁਹਾਨੂੰ ਇਹ ਦੱਸ ਜੀਏ ਕਿ ਕਈਆਂ ਵੀਰਾਂ ਪੈਣਾਂ ਜਿਹੜੀ ਅਪਾਇੰਟਮੈਂਟ ਹੈ ਜੀ 4-4 ਦਿਨਾਂ ਬਾਅਦ ਵੀ ਮਿਲ ਰਹੀ ਹੈ ਕਈਆਂ ਇਲਾਕਿਆਂ ਦੇ ਵਿੱਚ ਮਤਲਬ ਜਿਹੜਾ ਰੂਲ ਕੋਈ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਕੋਈ ਵੀ ਰੂਲ ਹੈ ਉਹ ਪੂਰੀ ਇਟਲੀ ਦੇ ਵਿੱਚ ਹੀ ਲਾਗੂ ਹੋ ਰਿਹਾ ਹੈ ਕਿਸੇ ਪਾਸੇ ਜਿਹੜਾ ਕੰਮ ਬੜੀ ਤੇਜ਼ੀ ਦੇ ਨਾਲ ਹੋ ਰਿਹਾ ਹੈ ਤੇ ਕਈਆਂ ਪਾਸੇ ਜਿਹੜਾ ਕੰਮ ਹੈ ਜੀ ਸਲੋ ਹੋ ਰਿਹਾ ਹੈ ਹੁਣ ਚਲਦੇ ਹਾਂ ਜੀ ਅਗਲੇ ਅਪਡੇਟ ਦੇ ਉੱਤੇ ਇੱਕ ਸ਼ਖਸ ਜਿਸ ਦੇ ਘਰ ਦੇ ਵਿੱਚ ਜਿਹੜਾ ਕਿ ਇੱਕ ਤੁਹਾਨੂੰ ਦੱਸ ਜੀਏ ਇੱਕ ਇੱਕ ਅਪਾਰਟਮੈਂਟ ਦੇ ਵਿੱਚ ਜਿਹੜਾ ਸ਼ਖਸ ਸੀ ਰਹਿ ਰਿਹਾ ਸੀ ਆਪਣੀ ਪਤਨੀ ਤੇ ਆਪਣੇ ਬੱਚਿਆਂ ਦੇ ਨਾਲ ਹੁੰਦਾ ਕਿ ਇਹ ਕਿ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਚੂਹੇ ਹਨ ਉਹ ਆ ਚੁੱਕੇ ਹਨ ਤੇ ਇਹਨਾਂ ਨੇ ਚੂਹਿਆਂ ਨੂੰ ਮਾਰਨ ਦੇ ਵਾਸਤੇ ਜਿਹੜੀ ਇੱਕ ਕੰਪਨੀ ਸੀ ਉਸ ਦੇ ਨਾਲ ਕੰਟੈਕਟ ਕੀਤਾ ਇਹ ਜਿਹੜੀ ਕੰਪਨੀ ਸੀ ਇਸ ਚੀਜ਼ ਦੇ ਵਿੱਚ ਮਾਹਰ ਸੀ ਕਿ ਜਿਹੜੇ ਕੋਈ ਘਰ ਦੇ ਵਿੱਚ ਕੋਈ ਕੀੜੇ ਮਕੋੜੇ ਜਾਂ ਕੋਈ ਚੂਹੇ ਜਾਂ ਕੋਈ ਹੋਰ ਜਿਹੜੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜੀਵ ਜੰਤੂ ਛੋਟੇ ਉਹਨਾਂ ਨੂੰ ਕਿਵੇਂ ਮਾਰਿਆ ਜਾਵੇ ਜਦੋਂ ਇਹਨਾਂ ਨੇ ਜਿਹੜੀ ਪੈਸਟ ਕੰਟਰੋਲ ਸੇਵਾ ਕੰਪਨੀ ਸੀ ਉਹਨਾਂ ਦੇ ਨਾਲ ਜਦੋਂ ਕੰਟੈਕਟ ਕੀਤਾ ਤੇ ਉਹਨਾਂ ਦਾ ਜਿਹੜਾ ਕੰਪਨੀ ਦਾ ਬੰਦਾ ਜਿਹੜਾ ਇਹਨਾਂ ਦੇ ਅਪਾਰਟਮੈਂਟ ਦੇ ਵਿੱਚ ਆਉਂਦਾ ਹੈ ਤੇ ਉਸਨੇ ਜਿਹੜਾ ਕੋਈ ਜੜ ਆਰਸੈਨਿਕ ਪਾਊਡਰ ਸੀ ਉਸ ਦਾ ਛਿੜਕਾਅ ਕਰ ਦਿੱਤਾ ਜਿਹਦੇ ਨਾਲ ਦੱਸਿਆ ਗਿਆ ਕਿ ਜਿਹੜੇ ਚੂਹੇ ਸਾਨੂੰ ਆਪਣੇ ਆਪ ਹੀ ਯਾਨੀ ਕਿ ਉਹਨਾਂ ਦੀ ਜਿਹੜੀ ਸਮੱਸਿਆ ਖਤਮ ਹੋ ਜਾਵੇਗੀ ਪਰੰਤੂ ਜਿਹੜੇ ਘਰ ਦਾ ਉਸ ਦਾ ਮਾਲਕ ਸੀ ਉਸਨੇ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਨਹੀਂ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਉਸੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਹੀ ਜਿੱਦਾਂ ਕਿ ਸੌਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਤੋਂ ਬਾਅਦ ਜਦੋਂ ਉਸਨੇ ਕੀ ਕੀਤਾ ਕਿ ਸੌਣ ਤੋਂ ਪਹਿਲਾਂ ਉਸਨੇ ਜਿਹੜਾ ਏਸੀ ਸੀ ਲੱਗਾ ਹੋਇਆ ਘਰ ਦੇ ਵਿੱਚ 에어 ਕੰਡੀਸ਼ਨ ਉਸ ਨੂੰ ਚਾਲੂ ਕਰ ਦਿੱਤਾ ਰਾਤ ਭਰ ਜਿਹੜਾ ਪਰਿਵਾਰ ਸੀ ਇਸੇ ਤਰ੍ਹਾਂ ਸੁੱਤਾ ਰਹਿੰਦਾ ਤੇ ਸਵੇਰ ਨੂੰ ਜਦੋਂ ਦੇਖਿਆ ਕਿ ਉਹਨਾਂ ਨੂੰ ਸਾਹ ਲੈਣ ਤੇ ਜਿਹੜੀ ਮੁਸ਼ਕਲ ਮਹਿਸੂਸ ਹੁੰਦੀ ਹੈ ਤਾਂ ਉਸਨੇ ਜਿਹੜਾ ਹੈ ਜੀ ਹਸਪਤਾਲ ਦੇ ਨਾਲ ਕੰਟੈਕਟ ਕੀਤਾ ਤੇ ਹਸਪਤਾਲ ਦੇ ਵਿੱਚ ਜਿਹੜਾ ਉਹਨਾਂ ਦਾ ਦੋਸਤ ਸੀ ਉਹਨਾਂ ਨੂੰ ਲੈ ਕੇ ਜਾਂਦਾ ਹੈ ਤੇ ਹਸਪੀਟਲ ਦੇ ਵਿੱਚ ਉਸ ਦੀ ਧੀ ਤੇ ਪੁੱਤਰ ਦੀ ਜਿਹੜੀ ਹੈ ਜੀ ਮੌਤ ਹੋ ਜਾਂਦੀ ਹੈ ਬਾਕੀ ਤਿੰਮੀ ਆਦਮੀ ਦਾ ਜਿਹੜਾ ਹੈ ਜੀ ਇਸ ਟਾਈਮ ਜਿਹੜਾ ਇਲਾਜ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਇਹ ਘਟਨਾ ਜਿਹੜੀ ਹੋਈ ਹੈ ਜੀ ਇੰਡੀਆ ਦੇ ਵਿੱਚ ਹੋਈ ਹੈ ਮਦਰਾਸ ਦੇ ਨੇੜੇ ਬਾਕੀ ਅਗਲੇ ਅਪਡੇਟ ਦੇ ਦੋ ਚੱਲਦੇ ਹਨ ਮਨਜੀਤ ਕੌਰ ਜੀ ਇਹਨਾਂ ਦਾ ਜਿਹੜਾ ਕਮੈਂਟ ਹੈ ਇਹਨਾਂ ਨੇ ਕਿਹਾ ਹੈ ਕਿ ਅਮਰੀਕਾ ਦਾ ਤਾਂ ਰੋਜ਼ ਦਾ ਦੋ ਤਿੰਨ ਸੈਂਟ ਜਿਹੜਾ ਰੇਟ ਹੈ ਜੀ ਵਧਿਆ ਹੁੰਦਾ ਹੈ ਇੰਡੀਅਨ ਕਰੰਸੀ ਦੇ ਵਿੱਚ ਤੁਸੀਂ ਲੱਗਦਾ ਹੈ ਕਿ ਐਵੇਂ ਸਾਨੂੰ ਡਰਾ ਰਹੇ ਹੋ ਕਰੰਸੀ ਜਿਹੜੀ ਵਾਧੀ ਘਟਦੀ ਰਹਿੰਦੀ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਜੀ ਬਿਲਕੁਲ ਸਹੀ ਹੈ ਅਮਰੀਕਾ ਰੇਟ ਜਿਹੜਾ ਹੈ ਜੀ ਇਸ ਟਾਈਮ ਵ 2-3 ਸੈਂਟ ਜਿਹੜੇ ਉਸ ਦੇ ਵੱਧ ਰਹੇ ਹਨ ਡੇਲੀ ਉਹਦਾ ਕਾਰਨ ਕੀ ਹੈ ਕਿ ਜਿਹੜੀ ਅਮਰੀਕਾ ਦੀ ਕਰੰਸੀ ਹੈ ਜੀ ਉਹ ਵੀ ਜਿਹੜੀ ਇਸ ਟਾਈਮ ਮਜ਼ਬੂਤ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਇਹਦੇ ਨਾਲ ਨਾਲ ਜਿਹੜੀ ਜੂਰ ਦਾ ਰੇਟ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਕਿ 88 ਰੁਪਏ ਤੋਂ ਕੁਝ ਜਿਹੜਾ ਉੱਪਰ ਚੱਲ ਰਿਹਾ ਹੈ ਜੂਰ ਦਾ ਰੇਟ ਜਿਹੜਾ ਹੈ ਜੀ ਲਗਾਤਾਰ ਘਟਦਾ ਜਾ ਰਿਹਾ ਹੈ ਡੇਲੀ ਜਿਹੜੇ 10-15 ਸੈਂਟ ਥੱਲੇ ਨੂੰ ਜਾ ਰਿਹਾ ਹੈ ਰੇਟ ਤੇ ਇਸੇ ਤਰ੍ਹਾਂ ਪਾਉਂਡ ਦਾ ਰੇਟ ਵੀ ਥੱਲੇ ਜਾ ਰਿਹਾ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਰੁਪਇਆ ਤਾਂ ਆਪਣੇ ਆਪ ਦੇ ਵਿੱਚ ਮਜ਼ਬੂਤ ਹੋ ਰਿਹਾ ਡਾਲਰ ਜਿਹੜਾ ਉਸ ਤੋਂ ਜ਼ਿਆਦਾ ਮਜ਼ਬੂਤ ਹੋ ਰ ਤੇ ਯੂਰੋ ਜਿਹੜਾ ਹੈ ਜੀ ਜਾਂ ਪੌਂਡ ਜਿਹੜਾ ਹੈ ਇੰਗਲੈਂਡ ਦਾ ਇਹ ਥੋੜਾ ਥੋੜਾ ਕਮਜ਼ੋਰ ਹੋ ਰਿਹਾ ਹੈ। ਬਾਕੀ ਸਨੀਸ ਹੋਤਾ ਜੀ ਪੁੱਛਦਿਆਂ ਨਿੱਕੀ ਜਿਹੜਾ ਇਹਨਾਂ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਜਿਹੜਾ ਐਨ ਆਰ ਆਈ account ਬਾਰੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਕੱਲ ਦੀ ਵੀਡੀਓ ਹੋਏਗੀ ਨੈਕਸਟ ਵੀਡੀਓ ਇਸ ਤੋਂ ਉਹਦੇ ਵਿੱਚ ਜਿਹੜਾ ਐਨ ਆਰ ਆਈ account ਹੈ ਜ ਉਹਦੇ ਬਾਰੇ ਤੁਹਾਨੂੰ ਜਿਹੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਇਸ ਚੈਨਲ ਦੇ ਉੱਤੇ ਜਿਹੜੀ ਖਬਰ ਹੈ ਜੀ ਫਿਰ ਤੁਹਾਨੂੰ ਪੂਰੀ ਖਬਰ ਡਿਟੇਲ ਦੇ ਨਾਲ ਸਮਝਾਈ ਜਾਂਦੀ ਹੈ ਤਾਂ ਕਿ ਜਿਹੜੀ ਜਾਣਕਾਰੀ ਤੁਹਾਨੂੰ ਪੂਰੀ ਮਿਲੇ ਬਾਕੀ ਧੰਨਵਾਦ ਕਰਦੇ ਆ ਜੀ ਸਨੀ ਸੋਤਾ ਸਾਹਿਬ ਸਿੰਘ ਜਸਪਾਲ ਤਾਰੂਬਲਿਤ ਜੂਕੇ ਅੱਗੇ ਹੈ ਜੀ ਕੁਮਾਰ ਰਜੇਸ਼ ਮੂਨ ਸਿੰਘ ਅੱਗੇ ਹੈ ਜੀ ਸ਼ਰੀਕ ਸ਼ਰਾਕ ਉਸ ਤੋਂ ਅੱਗੇ ਹੈ ਜੀ ਜੋਸਫ ਇਨਹਾਸ ਸੁਮਨ ਐਕਸ ਵਾਈ 9 ਕੁਲਵਿੰਦਰ ਸਿੰਘ ਮੰਦીર ਸਿੰਘ ਅੱਗੇ ਹੈ ਜੀ ਆਊਟ ਵਿੱਚ ਉਸ ਤੋਂ ਅੱਗੇ ਹੈ ਜੀ ਮਨਜੀਤ ਕੌਰ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਇੱਕ ਵਾਰ ਬੇਨਤੀ ਹੈ ਕਿ ਚੈਨਲ ਨੂੰ ਜਿਹੜਾ ਹੈ ਜੀ ਸਬਸਕ੍ਰਾਈਬ ਜਰੂਰ ਕਰ ਲਓ ਜੇ ਕੀਤਾ ਹੈ ਤਾਂ ਬਹੁਤ-ਬਹੁਤ ਮਿਹਰਬਾਨੀ ਹੈ ਤੇ ਵੀਡੀਓ ਨੂੰ ਜਿਹੜਾ ਹੈ WhatsApp ਦੇ ਗਰੁੱਪਾਂ ਤੇ ਵੀ ਜਰੂਰ ਸ਼ੇਅਰ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ